ਪੰਜਾਬ ਵਾਲੀ ਕਿੱਲਿਆਂ ਲਈ ਬੈਰੀਕੇਡ ਤੇ ਖੜਾ। ਬੈਰੀਕੇਡ ਦੇ ਪਿੱਛੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹੋਣੀਆਂ ਕਿ ਬੈਰੀਕੇਡ ਦੇ ਕਿਵੇਂ ਕੰਨਿਆਂ ਲਈਆਂ ਤਾਰਾਂ ਨੇ, ਉਹ ਲਗਾਤਾਰ ਪ੍ਰਸ਼ਾਸਨ ਵੱਲੋਂ ਵਲੀਆਂ ਹੋਈਆਂ ਨੇ। ਸਵੇਰ ਤੋਂ ਲੈ ਕੇ ਅਸੀਂ ਇਸੇ ਤਰ੍ਹਾਂ ਤਸਵੀਰਾਂ ਦਿਖਾ ਰਹੇ ਹਾਂ, ਪਰ ਇਸ ਵਾਰ ਤਸਵੀਰਾਂ ਡੱਬ ਵਾਲੀ ਦੀ ਦੂਸਰੀ ਸਾਈਡ ਤੋਂ ਦਿਖਾ ਰਹੇ ਹਾਂ। ਇਹ ਉਹ ਸੜਕ ਹੈ ਜਿਹੜੀ ਮੁਕਤਸਰ ਤੋਂ ਡੱਬ ਵਾਲੀ ਨੂੰ ਜੋੜਦੀ ਹੈ। ਡੱਬ ਵਾਲੀ ਨੂੰ ਜਾਣ ਵਾਲਾ ਰਸਤਾ, ਇੱਥੇ ਵੀ ਉਸੇ ਤਰ੍ਹਾਂ ਦਾ ਸਵਾਗਤ ਹੈ ਕਿਸਾਨਾਂ ਦੇ ਲਈ ਕੀਤਾ ਜਾ ਰਿਹਾ। ਲੋਹੇ ਦੀਆਂ ਕਿੱਲਾਂ ਵਾਲੇ ਜਿਹੜੇ ਲੰਬੇ ਲੰਬੇ ਪੱਤਰੇ ਨੇ ਉਸ ਦੇ ਉੱਪਰ ਵੈਲਡ ਕੀਤੀਆਂ ਹੋਈਆਂ ਨੇ, ਔਰ ਦੂਸਰੇ ਪਾਸੇ ਦੇਖੋ ਰੋਡ ਦੇ ਪਰਲੇ ਪਾਸੇ ਵੀ ਤੁਹਾਨੂੰ ਇਹੀ ਤਸਵੀਰਾਂ ਨਜ਼ਰ ਆਉਣਗੀਆਂ। ਹਾਲਾਂਕਿ ਪਰਦਾ ਪਾ ਦਿੱਤਾ ਗਿਆ ਫਰੰਟ ਸੜਕ ਦੇ ਉੱਪਰ ਕਿ ਸਾਹਮਣੇ ਤੋਂ ਅਗਰ ਕੋਈ ਆਉਂਦਾ ਤਾਂ ਉਸ ਨੂੰ ਇਹ ਚੀਜ਼ਾਂ ਨਜ਼ਰ ਨਾ ਆਉਣ। ਤੁਹਾਨੂੰ ਅੱਗੇ ਤੋਂ ਤਸਵੀਰਾਂ ਵੀ ਦਿਖਾਉਂਦੇ ਹਾਂ ਕਿ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਨੇ, ਅੱਗੇ ਤਸਵੀਰ ਕੀ ਹੈ। ਅੱਗੇ ਵੀ ਤਸਵੀਰਾਂ ਤੁਸੀਂ ਦੇਖੋ ਕਿ ਅੱਗੇ ਵੀ ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਲਗਾਤਾਰ ਤੈਨਾਤ ਨੇ। ਲਗਾਤਾਰ ਉਹ ਕਹਿ ਰਹੇ ਆ ਕਿ ਅਸੀਂ ਇੱਥੇ ਕਿਸਾਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਏਗਾ, ਤਾਂ ਕਰਕੇ ਆਪਦੀ ਸਟ੍ਰੈਟਜੀ ਆਪਦੀ ਕਾਰਵਾਈ ਦੇ ਵਿੱਚ ਹਰਿਆਣਾ ਦੀ ਪੁਲਿਸ ਹੈ ਜਿਹੜੀ ਲੱਗੀ ਹੋਈ ਹੈ, ਔਰ ਦੇਰ ਰਾਤ ਇਸੇ ਤਰ੍ਹਾਂ ਨਾਕੇਬੰਦੀਆਂ 'ਤੇ ਲਗਾਤਾਰ ਇਹ ਕੰਮਕਾਜ ਨੇ ਜਾਰੀ ਰਹਿਣਗੇ। ਤੁਸੀਂ ਵੇਖੋ ਵਾਟਰ ਕੈਨਨ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੱਕ ਦੇ ਇਸਤੇਮਾਲ ਕੀਤਾ ਗਿਆ, ਉਹ ਕਿਤੇ ਨਾ ਕਿਤੇ ਤਿਆਰ ਨੇ। ਸਾਹਮਣੇ ਵੀ ਗੱਡੀਆਂ ਦੇਖੋ, ਉਹ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਣਗੀਆਂ, ਔਰ ਤਸਵੀਰਾਂ ਤੋਂ ਜ਼ਾਹਿਰ ਤੌਰ 'ਤੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੇ ਐਕਟਿਵ ਨੇ ਹਰਿਆਣਾ ਪੁਲਿਸ ਦੇ ਕਰਮਚਾਰੀ। ਹਰਿਆਣਾ ਪੁਲਿਸ ਦੇ ਕਿਤੇ ਨਾ ਕਿਤੇ ਇਹ ਰਾਤ ਕਿਆਮਤ ਦੀ ਰਾਤ ਹੈ, ਇਸ ਕਰਕੇ ਕਿਉਂਕਿ ਕਿਸਾਨ ਹੈ ਕਿਸੇ ਵੇਲੇ ਵੀ ਅੰਦਰ ਇਹਨਾਂ ਬੈਰੀਕੇਟਾਂ ਨੂੰ ਤੋੜ ਕੇ ਦਾਖਲ ਹੋ ਸਕਦੇ ਨੇ, ਤਾਂ ਕਰਕੇ ਕਾਫੀ ਵੱਡੀ ਗਿਣਤੀ ਵਿੱਚ ਦੋਨੇ ਜਿਹੜੇ ਏਰੀਏ ਨੇ, ਚਾਹੇ ਉਹ ਬਠਿੰਡੇ ਤੋਂ ਆਉਣ ਵਾਲਾ ਰਸਤਾ ਹੋਵੇ, ਚਾਹੇ ਉਹ ਮੁਕਤਸਰ ਲੰਬੀ ਫਾਜ਼ਿਲਕਾ ਅਬੋਹਰ ਇਸ ਰਸਤੇ ਤੋਂ ਇਸ ਪਾਸੇ ਦਾਖਲ ਹੁੰਦਾ ਹੋਵੇ, ਉਹ ਦੋਨੇ ਰਸਤੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਪੁਲਿਸ ਵਾਸਤੇ ਚੁਣੌਤੀ ਪਾਏ ਰਹੇ ਹੋਏ ਨੇ। ਹਰਿਆਣਾ ਪੁਲਿਸ ਦੇ ਜਿਹੜੇ ਜਵਾਨ ਨੇ ਜਗ੍ਹਾ ਜਗ੍ਹਾ ਤੋਂ ਤੈਨਾਤ ਨੇ, ਔਰ ਇਸੇ ਤਰ੍ਹਾਂ ਦੇ ਵੱਡੇ ਵੱਡੇ ਪੱਥਰ ਨੇ ਉਹ ਕਿਸਾਨਾਂ ਦੇ ਸਵਾਗਤ ਵਾਸਤੇ ਰੱਖੇ ਹੋਏ ਨੇ। ਹਾਲਾਂਕਿ ਇੱਕ ਲੇਨ ਹੈ, ਇਹ ਲੇਨ ਜ਼ਰੂਰ ਚੱਲਦੀ ਨਜ਼ਰ ਆ ਰਹੀ ਹੈ, ਉਹੀ ਰਸਤਾ ਹੈ ਜਿਹੜਾ ਡੱਬ ਵਾਲੀ ਨੂੰ ਜੋੜਦਾ ਹੈ, ਔਰ ਦੂਸਰਾ ਪਾਸਾ ਜਿਹੜਾ ਉਹ ਪ੍ਰੋਪਰ ਤੌਰ 'ਤੇ ਬੰਦ ਕੀਤਾ ਗਿਆ ਹੈ। ਹਾਲਾਂਕਿ ਇਹ ਸਾਈਡ ਉਨੀ ਦੇਰ ਹੀ ਚਾਲੂ ਰਹੂਗੀ ਜਿੰਨੀ ਦੇਰ ਇਹਨਾਂ ਕੋਲ ਇਨਫੋਰਮੇਸ਼ਨ ਹੈ ਕਿ ਕਿਸਾਨ ਨਹੀਂ ਆਉਂਦੇ, ਕਿਉਂਕਿ ਇਸ ਤੋਂ ਪਿੱਛੇ ਵੀ ਇੱਕ ਨਾਕਾ ਹੈਗਾ ਜਿਹੜਾ ਕਿ ਪੰਜਾਬ ਵਾਲੀ ਸਾਈਡ 'ਤੇ ਹੈਗਾ, ਤਾਂ ਕਰਕੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਜਿਹੜੇ ਉਹ ਹਰਿਆਣਾ ਦੀ ਪੁਲਿਸ ਵੱਲੋਂ ਕੀਤੇ ਹੋਏ ਨੇ, ਔਰ ਪੂਰੇ ਦਾ ਪੂਰਾ ਇਲਾਕਾ ਹੈ ਉਹ ਛਾਉਣੀ ਦੇ ਵਿੱਚ ਤਬਦੀਲ ਕੀਤਾ। ਹਾਲਾਂਕਿ ਥੋੜ੍ਹੀ ਜਿਹੀ ਪੁਲਿਸ ਦੀ ਨਫਰੀ ਹੈ ਉਹ ਦਿਨ ਦੇ ਮੁਕਾਬਲੇ ਜ਼ਰੂਰ ਘਟੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਹਾਲਾਤ ਨੇ ਜਿਹੜੇ ਥੋੜ੍ਹੇ ਜਿਹੇ ਪੀਸ ਨਜ਼ਰ ਆ ਰਹੇ ਨੇ। ਇੱਕ ਪਾਸੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦਾ ਅਗਲਾ ਐਕਸ਼ਨ ਕੀ ਹੁੰਦਾ, ਕਿੰਨੇ ਐਗਰੈਸਿਵ ਹੋ ਕੇ ਜਿਹੜੇ ਕਿਸਾਨ ਨੇ ਕੱਲ੍ਹ ਨੂੰ ਇਸ ਪਾਸੇ ਪਹੁੰਚਦੇ ਨੇ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਵਾਟਰ ਕੈਨਨ ਵਾਲੀ ਗੱਡੀ ਕਾਰ ਦੀ ਉਹ ਨਜ਼ਰ ਆ ਰਹੀ, ਉਸ ਦੇ ਉੱਪਰ ਟੈਸਟਿੰਗ ਕਰਦੇ ਕਰਮਚਾਰੀ ਨੇ ਫਾਇਰ ਬ੍ਰਿਗੇਡ ਦੇ, ਉਹ ਤਸਵੀਰਾਂ ਸਾਫ਼ ਨਜ਼ਰ ਆ ਰਹੇ ਨੇ। ਕਿਤੇ ਨਾ ਕਿਤੇ ਜਾ ਕੇ ਡੱਬ ਵਾਲੀ ਨੂੰ ਜੋੜਨ ਵਾਲੇ ਦੋ ਪ੍ਰਮੁੱਖ ਰਸਤੇ ਨੇ। ਪਹਿਲਾ ਰਸਤਾ ਹੈ ਜਿਸ ਪਾਸੇ ਕੈਮਰਾ ਤੁਹਾਨੂੰ ਨਜ਼ਰ ਆ ਰਿਹਾ, ਇਹ ਰਸਤਾ ਹੈਗਾ ਲੰਬੀ ਦੇ ਏਰੀਏ ਤੋਂ ਆਉਣ ਵਾਲਾ, ਲੰਬੀ ਹੋ ਗਿਆ ਮੁਕਤਸਰ ਹੋ ਗਿਆ ਮਲੋਟ ਫਾਜ਼ਿਲਕਾ ਇਸ ਰਸਤੇ ਤੋਂ ਡੱਬ ਵਾਲੀ ਦੇ ਅੰਦਰ ਦਾਖਲ ਹੋਣਾ, ਔਰ ਦੂਸਰਾ ਰਸਤਾ ਜਿਹੜਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਜਿਹੜਾ ਬਠਿੰਡਾ ਦੇ ਰਸਤੇ, ਬਠਿੰਡਾ ਤੋਂ ਅਗਰ ਇਸ ਪਾਸੇ ਆਉਣੇ ਹੈ ਤਾਂ ਸਭ ਤੋਂ ਪਹਿਲਾਂ ਡੱਬ ਵਾਲੀ ਆਉਂਦਾ। ਦੂਸਰਾ ਪਾਸਾ ਦੇਖੋ ਫੁੱਲ ਸੀਜ਼ ਕਰ ਦਿੱਤਾ ਗਿਆ, ਔਰ ਸਾਹਮਣੇ ਇੱਕ ਪਰਦਾ ਪਾ ਕੇ ਇਸ ਨੂੰ ਬੰਦ ਕੀਤਾ ਗਿਆ। ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੇ ਸਿਸਟਮ ਹੈ ਇੱਥੇ ਜਿਹੜਾ ਕੀਤਾ ਗਿਆ, ਔਰ ਦੂਸਰੇ ਪਾਸੇ CCTV ਤਸਵੀਰਾਂ, CCTV ਕੈਮਰੇ ਨੇ ਹਰੇਕ ਪੋਲ ਦੇ ਉੱਪਰ ਲਾਏ ਗਏ ਨੇ। ਉੱਪਰ ਵੀ ਤੁਸੀਂ ਵੇਖੋ ਬੋਰਡ ਦੇ ਪਰਲੀ ਸਾਈਡ, ਤੁਹਾਨੂੰ ਜੇ ਦਿਖਾਉਣ ਦੀ ਕੋਸ਼ਿਸ਼ ਕਰਾਂ, ਬੋਰਡ ਦੇ ਪਰਲੀ ਸਾਈਡ ਹੈ ਜਿਹੜਾ ਉਹ CCTV ਕੈਮਰੇ ਨੇ ਇੰਸਟਾਲ ਕੀਤੇ ਗਏ ਨੇ। ਤੁਸੀਂ ਦੇਖੋ ਹਰ ਪਾਸੇ ਇਸ ਤਰ੍ਹਾਂ ਦਾ ਨਜ਼ਾਰਾ ਨਜ਼ਰ ਆ ਰਿਹਾ, ਵੱਡੇ ਵੱਡੇ ਕਿੱਲਾਂ ਵਾਲੇ ਜਿਹੜੇ ਪੱਤਰੇ ਨੇ ਉਹ ਵੈਲਡ ਕਰਕੇ ਰੱਖੇ ਹੋਏ ਨੇ, ਔਰ ਦੂਸਰੇ ਪਾਸੇ ਵੱਡੇ ਵੱਡੇ ਪੱਥਰ ਲਾ ਕੇ ਉਸ ਦੇ ਉੱਪਰ ਕੰਡਿਆਂ ਵਾਲੀਆਂ ਤਾਰਾਂ ਨੇ ਜਿਹੜੀਆਂ ਉਹ ਲਗਾਤਾਰ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਹ ਦੱਸ ਰਿਹਾ ਕਿ ਰਾਤ ਦੇ ਸਮੇਂ ਹੋਰ ਵੀ ਪ੍ਰਬੰਧ ਨੇ ਜਿਹੜੇ ਪੁਖਤਾ ਕੀਤੇ ਜਾਣਗੇ, ਰਾਤ ਦੇ ਸਮੇਂ ਹੋਰ ਵੀ ਜਿਹੜਾ ਦੂਸਰੇ ਪਾਸੇ ਵਾਲਾ ਏਰੀਆ ਹੈ ਉਹ ਵੀ ਕਿਤੇ ਨਾ ਕਿਤੇ ਬੰਦ ਕਰ ਦੇਣਾ, ਕਿਉਂਕਿ ਫਿਲਹਾਲ ਟ੍ਰੈਫਿਕ ਹੈ ਜਿਹੜਾ ਸਮੂਥਲੀ ਜ਼ਰੂਰ ਚੱਲ ਰਿਹਾ।